ਹੈਲੋ ਸਟੂਡੈਂਟਸ, ਅੱਜ ਆਪਾਂ 10ਵੀਂ ਕਲਾਸ ਦੀ ਪਹਿਲੀ ਪ੍ਰੈਕਟਿਸ ਸ਼ੀਟ ਸੋਲਵ ਕਰਾਂਗੇ, ਜਿਸ ਦੇ ਵਿੱਚ 15 MCQ ਨੇ। ਆਓ ਇਹਨਾਂ ਨੂੰ ਹੱਲ ਕਰਦੇ ਹਾਂ। ਪਹਿਲਾ MCQ ਹੈਗਾ, ਏੜ ਦਿੱਤੇ ਵਿੱਚੋਂ ਕਿਹੜੀ ਪ੍ਰਕਾਸ਼ ਦੀ ਵਿਸ਼ੇਸ਼ਤਾ ਹੈ ਆਪਣੇ ਕੋਲ? ਪਹਿਲਾ ਹੈਗਾ, ਇਹ ਇੱਕ ਸਿੱਧੀ ਲਾਈਨ ਵਿੱਚ ਯਾਤਰਾ ਕਰਦਾ ਹੈ, ਇਹ ਵੀ ਠੀਕ ਹੈ। ਇਸ ਦਾ ਪਰਿਵਰਤਨ ਹੋ ਸਕਦਾ ਹੈ, ਪ੍ਰਕਾਸ਼ ਦਾ ਪਰਿਵਰਤਨ ਹੋ ਸਕਦਾ ਹੈ, ਇਹ ਵੀ ਠੀਕ ਹੈ। ਇਸ ਦਾ ਅਪਵਰਤਨ ਹੋ ਸਕਦਾ ਹੈ, ਪ੍ਰਕਾਸ਼ ਦਾ ਅਪਵਰਤਨ ਵੀ ਹੋ ਸਕਦਾ ਹੈ, ਇਸ ਲਈ ਤਿੰਨੋਂ ਠੀਕ ਨੇ ਤੇ ਆਪਣਾ ਆਂਸਰ ਆ ਜਾਏਗਾ ਉਪਰੋਕਤ ਸਾਰੇ। ਦੂਸਰਾ ਕੁਐਸਚਨ, ਲੈਂਸ ਦੀ ਸ਼ਕਤੀ ਦੀ SI ਇਕਾਈ ਕੀ ਹੁੰਦੀ ਹੈ? ਦੇਖੋ, ਜਿਹੜੀ ਮੀਟਰ ਹੈ ਇਹ ਤਾਂ ਹੁੰਦੀ ਲੰਬਾਈ ਦੀ, ਸੈਂਟੀਮੀਟਰ ਵੀ ਲੰਬਾਈ ਦੀ ਹੁੰਦੀ ਹੈ, ਡਾਇਪਟਰ ਇਹ ਲੈਂਸ ਦੀ ਸ਼ਕਤੀ ਦੀ SI ਇਕਾਈ ਹੁੰਦੀ ਹੈ, ਤੇ ਆਪਣਾ ਸਹੀ ਉੱਤਰ ਆ ਜਾਏਗਾ ਡਾਇਪਟਰ। ਤੀਸਰਾ ਪ੍ਰਸ਼ਨ, ਪ੍ਰਕਾਸ਼ ਦੇ ਹੇਠ ਦਿੱਤੇ ਰੰਗਾਂ ਵਿੱਚੋਂ ਕਿਹੜੇ ਰੰਗ ਦੀ ਤਰੰਗ ਲੰਬਾਈ ਸਭ ਤੋਂ ਜ਼ਿਆਦਾ ਹੁੰਦੀ? ਜਿਹੜੇ ਆਪਣੇ ਕੋਲ ਰੰਗ ਦਿੱਤੇ ਨੇ, ਲਾਲ, ਹਰਾ, ਨੀਲਾ, ਜਾਮਨੀ, ਤੇ ਇਹਨਾਂ ਸਾਰਿਆਂ ਵਿੱਚੋਂ ਜਿਹੜਾ ਲਾਲ ਰੰਗ ਹੁੰਦਾ ਹੈ, ਇਹਦੀ ਤਰੰਗ ਲੰਬਾਈ ਸਭ ਤੋਂ ਜ਼ਿਆਦਾ ਹੁੰਦੀ ਹੈ, ਤੇ ਸਹੀ ਉੱਤਰ ਆ ਜਾਏਗਾ ਆਪਣਾ ਪਹਿਲਾ ਲਾਲ। ਅੱਗੇ ਆ ਗਿਆ ਆਪਣੇ ਕੋਲ ਚੌਥਾ ਕੁਐਸਚਨ, ਇੱਕ ਲੈਂਜ ਜੋ ਕਿਨਾਰਿਆਂ ਨਾਲੋਂ ਮੱਧ ਵਿੱਚੋਂ ਮੋਟਾ ਹੁੰਦਾ ਹੈ। ਦੇਖੋ ਬੇਟੇ, ਜਿਹੜਾ ਲੈਂਜ ਹੈ ਜਿਹੜਾ ਕਿਨਾਰਿਆਂ ਤੋਂ ਪਤਲਾ ਹੁੰਦਾ ਹੈ ਇਸ ਤਰ੍ਹਾਂ, ਤੇ ਮੱਧ ਵਿੱਚੋਂ ਮੋਟਾ ਹੁੰਦਾ ਹੈ, ਤੇ ਇਹ ਵਾਲਾ ਲੈਂਜ ਹੁੰਦਾ ਹੈ ਉੱਤਲ ਲੈਂਜ, ਤੇ ਆਪਣਾ ਆਂਸਰ ਆ ਜਾਏਗਾ ਦੂਸਰਾ, ਉੱਤਲ ਲੈਂਜ। ਪੰਜਵਾਂ ਪ੍ਰਸ਼ਨ, ਦਿੱਤਾ ਗਿਆ ਦਰਪਣ ਉਸ ਵਸਤੂ ਦੇ ਆਕਾਰ ਦਾ ਉਲਟਾ ਪ੍ਰਤੀਬਿੰਬ ਬਣਾਉਂਦਾ ਹੈ, ਦਰਪਣ ਕਿਹੜਾ ਹੋਏਗਾ? ਦੇਖੋ, ਜਿਹੜਾ ਦਰਪਣ ਹੈ ਉਸ ਵਸਤੂ ਦੇ ਆਕਾਰ ਦੇ ਬਰਾਬਰ ਦਾ ਉਲਟਾ ਪ੍ਰਤੀਬਿੰਬ ਬਣਾ ਰਿਹਾ ਹੈ, ਤੇ ਬਰਾਬਰ ਦਾ ਤੇ ਉਲਟਾ ਪ੍ਰਤੀਬਿੰਬ ਅਵਤਲ ਦਰਪਣ ਬਣਾ ਸਕਦਾ ਹੈ, ਕਿਉਂਕਿ ਉੱਤਲ ਤੇ ਸਮਤਲ ਇਹ ਦੋਨੇ ਸਿੱਧੇ ਬਣਾਉਂਦੇ ਨੇ, ਤੇ ਆਪਣਾ ਸਹੀ ਉੱਤਰ ਆ ਜਾਏਗਾ ਦੂਸਰਾ, ਅਵਤਲ ਦਰਪਣ। ਪ੍ਰਸ਼ਨ ਛੇਵਾਂ, ਨਾਈ ਵਾਲ ਕੱਟਣ ਸਮੇਂ ਕਿਸੇ ਵਿਅਕਤੀ ਦਾ ਸਿੱਧਾ ਅਤੇ ਵੱਡਾ ਪ੍ਰਤੀਬਿੰਬ ਵੇਖਣਾ ਚਾਹੁੰਦਾ ਹੈ, ਉਹ ਆਪਣੀ ਦੁਕਾਨ ਵਿੱਚ ਕਿਸ ਤਰ੍ਹਾਂ ਦਾ ਦਰਪਣ ਇਸਤੇਮਾਲ ਕਰੇਗਾ? ਦੇਖੋ, ਕਿਸੇ ਵਸਤੂ ਦਾ ਵੱਡਾ ਪ੍ਰਤੀਬਿੰਬ ਵੇਖਣ ਲਈ ਹਮੇਸ਼ਾ ਅਸੀਂ ਅਵਤਲ ਦਰਪਣ ਹੀ ਵਰਤਦੇ ਹਾਂ, ਕਿਉਂਕਿ ਸਮਤਲ ਦਰਪਣ ਬਰਾਬਰ ਦਾ ਪ੍ਰਤੀਬਿੰਬ ਦਿੰਦਾ ਸਿੱਧਾ, ਤੇ ਉੱਤਲ ਦਰਪਣ ਵੀ ਸਿੱਧਾ ਪ੍ਰਤੀਬਿੰਬ ਛੋਟਾ ਦਿੰਦਾ ਹੈ, ਤੇ ਇਸ ਲਈ ਆਪਣਾ ਸਹੀ ਉੱਤਰ ਆ ਜਾਏਗਾ ਅਵਤਲ। ਪ੍ਰਸ਼ਨ ਸੱਤਵਾਂ, ਅਵਤਾਰ ਦੇ ਦੰਦਾਂ ਵਿੱਚ ਪੀੜ ਹੋਣ ਤੇ ਡਾਕਟਰ ਨੇ ਇੱਕ ਦਰਪਣ ਰਾਹੀਂ ਉਸ ਦੇ ਦੰਦਾਂ ਦਾ ਮੁਆਇਨਾ ਕੀਤਾ, ਡਾਕਟਰ ਵੱਲੋਂ ਕਿਹੜਾ ਦਰਪਣ ਉਪਯੋਗ ਕੀਤਾ ਗਿਆ? ਬੇਟੇ, ਜਿਹੜਾ ਆਪਣੇ ਕੋਲ ਅਵਤਲ ਦਰਪਣ ਹੈ ਨਾ, ਜਦੋਂ ਇਹਦੇ ਵਿੱਚ ਆਪਾਂ ਕਿਸੇ ਵਸਤੂ ਨੂੰ ਉਸ ਦੇ ਧਰੁਵ ਅਤੇ ਫੋਕਸ ਬਿੰਦੂ ਦੇ ਵਿਚਕਾਰ ਰੱਖਦੇ ਹਾਂ, ਤਾਂ ਉਸ ਦਾ ਬਹੁਤ ਹੀ ਵੱਡਾ ਪ੍ਰਤੀਬਿੰਬ ਬਣਾਉਂਦਾ ਹੈ, ਤਾਂ ਆਪਣਾ ਉੱਤਰ ਆ ਜਾਏਗਾ ਅਵਤਲ ਦਰਪਣ। ਅਧਿਆਪਕ ਨੇ ਕਲਾਸ ਵਿੱਚ ਅੱਜ ਵਿਦਿਆਰਥੀਆਂ ਨੂੰ ਦਰਪਣ ਫਾਰਮੂਲੇ ਬਾਰੇ ਦੱਸਿਆ, ਦਰਪਣ ਫਾਰਮੂਲਾ ਕਿਸ ਦਰਪਣ ਲਈ ਇਸਤੇਮਾਲ ਹੁੰਦਾ ਹੈ? ਬੇਟੇ, ਜਿਹੜਾ ਦਰਪਣ ਫਾਰਮੂਲਾ ਹੈ ਉਹ ਸਾਰੇ ਤਰ੍ਹਾਂ ਦੇ ਦਰਪਣਾਂ ਲਈ ਇਸਤੇਮਾਲ ਹੁੰਦਾ ਹੈ, ਤੇ ਇਹ ਆਪਣੇ ਕੋਲ ਉੱਤਰ ਆ ਜਾਏਗਾ ਚੌਥਾ, ਉਪਰੋਕਤ ਸਾਰੇ। ਅੱਗੇ ਆ ਗਿਆ ਆਪਣੇ ਕੋਲ ਨੌਵਾਂ ਪ੍ਰਸ਼ਨ, ਸਮਤਲ ਦਰਪਣ ਕਿਸ ਤਰ੍ਹਾਂ ਦਾ ਪ੍ਰਤੀਬਿੰਬ ਬਣਾਉਂਦਾ ਹੈ? ਜਿਹੜਾ ਸਮਤਲ ਦਰਪਣ ਹੈ ਇਹ ਇੱਕ ਤਾਂ ਆਭਾਸੀ ਬਣਾਉਂਦਾ ਹੈ ਤੇ ਸਿੱਧਾ ਬਣਾਉਂਦਾ ਹੈ, ਪਹਿਲਾ ਵੀ ਸਹੀ ਹੈ, ਵਸਤੂ ਦੇ ਆਕਾਰ ਦੇ ਬਰਾਬਰ ਬਣਾਉਂਦਾ ਹੈ, ਦੂਸਰਾ ਵੀ ਸਹੀ ਹੈ, ਪਾਸਵਾਂ ਪਰਿਵਰਤਿਤ ਹੁੰਦਾ ਹੈ, ਤੀਸਰਾ ਵੀ ਸਹੀ ਹੈ, ਇਸ ਲਈ ਆਪਣਾ ਆਂਸਰ ਆ ਜਾਏਗਾ ਚੌਥਾ, ਉਪਰੋਕਤ ਸਾਰੇ। ਦਸਵਾਂ ਪ੍ਰਸ਼ਨ, ਹੈਪੀ ਕੋਲ ਇੱਕ ਸਿੱਕਾ ਪਾਣੀ ਨਾਲ ਭਰੇ ਗਲਾਸ ਵਿੱਚ ਡਿੱਗ ਗਿਆ, ਹੈਪੀ ਨੋਟ ਕਰਦਾ ਹੈ ਕਿ ਸਿੱਕਾ ਉੱਠਿਆ ਪ੍ਰਤੀਤ ਹੁੰਦਾ ਹੈ, ਅਜਿਹਾ ਕਿਸ ਕਾਰਨ ਹੁੰਦਾ ਹੈ? ਬੇਟੇ, ਇਹ ਹੁੰਦਾ ਹੈ ਅਪਵਰਤਨ ਕਰਕੇ, ਹੁਣ ਇੱਥੇ ਪ੍ਰਕਾਸ਼ ਦੇ ਅਪਵਰਤਨ ਕਰਕੇ ਸਾਨੂੰ ਜਿਹੜਾ ਸਿੱਕਾ ਹੈ ਉਹ ਪਹਿਲਾਂ ਨਾਲੋਂ ਉੱਠਿਆ ਹੋਇਆ ਪ੍ਰਤੀਤ ਹੋਏਗਾ। ਪ੍ਰਸ਼ਨ 11, ਅਧਿਆਪਕ ਨੇ ਅੱਜ ਦੱਸਿਆ ਕਿ ਇੱਕ ਅਜਿਹਾ ਦਰਪਣ ਜਿਸ ਤੋਂ ਤੁਸੀਂ ਕਿੰਨੀ ਵੀ ਦੂਰ ਉੱਤੇ ਖੜੇ ਹੋ ਤੁਹਾਡਾ ਪ੍ਰਤੀਬਿੰਬ ਹਮੇਸ਼ਾ ਸਿੱਧਾ ਅਤੇ ਛੋਟੇ ਆਕਾਰ ਦਾ ਪ੍ਰਤੀਤ ਹੁੰਦਾ ਹੈ, ਦਰਪਣ ਕਿਹੜਾ ਹੈ? ਬੇਟੇ, ਜਿਹੜਾ ਉੱਤਲ ਦਰਪਣ ਹੈ ਇਸ ਤੋਂ ਤੁਸੀਂ ਜਿੰਨੀ ਵੀ ਦੂਰ 'ਤੇ ਖੜੇ ਹੋਗੇ ਤੁਹਾਡਾ ਜਿਹੜਾ ਪ੍ਰਤੀਬਿੰਬ ਹਮੇਸ਼ਾ ਸਿੱਧਾ ਅਤੇ ਛੋਟਾ ਬਣੇਗਾ। ਪ੍ਰਸ਼ਨ 12, ਕਾਰ ਵਿੱਚ ਸਫ਼ਰ ਕਰਦਿਆਂ ਰਮੇਸ਼ ਨੇ ਵੇਖਿਆ ਕਿ ਪਿੱਛੇ ਦੀ ਆਵਾਜਾਈ ਵੇਖਣ ਲਈ ਵਰਤੇ ਜਾਣ ਵਾਲੇ ਦਰਪਣ ਵਿੱਚ ਬਹੁਤ ਵੱਡੇ ਖੇਤਰ ਨੂੰ ਵਿਖਾਇਆ ਜਾ ਸਕਦਾ ਹੈ, ਇਹ ਦਰਪਣ ਕਿਹੜਾ ਹੈ? ਇਹ ਉੱਤਲ ਦਰਪਣ ਹੀ ਹੈ ਜਿਹਦਾ ਦ੍ਰਿਸ਼ਟੀ ਖੇਤਰ ਸਭ ਤੋਂ ਵੱਡਾ ਹੁੰਦਾ ਹੈ, ਤੇ ਇਸ ਨੂੰ ਵਾਹਨਾਂ ਵਿੱਚ ਵਰਤਿਆ ਜਾਂਦਾ ਹੈ ਪਿੱਛੇ ਦੀ ਆਵਾਜਾਈ ਦੇਖਣ ਲਈ। ਪ੍ਰਸ਼ਨ 13, ਵਹੀਕਲ ਵਿੱਚ ਪਿੱਛੇ ਦਾ ਟ੍ਰੈਫਿਕ ਵੇਖਣ ਲਈ ਕਿਸ ਦਰਪਣ ਦਾ ਉਪਯੋਗ ਕੀਤਾ ਜਾਂਦਾ ਹੈ?
ਤੇ ਵਹੀਕਲਾਂ ਦੇ ਵਿੱਚ ਉੱਤਲ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹੜਾ ਕਿ ਆਪਾਂ ਹੁਣੇ ਪੜਿਆ, ਇਸ ਲਈ ਪਹਿਲਾ ਆਂਸਰ ਆ ਜਾਏਗਾ ਸਹੀ। 14ਵਾਂ ਪ੍ਰਸ਼ਨ, ਸਮਤਲ ਦਰਪਣ ਦੀ ਫੋਕਸ ਦੂਰੀ ਕਿੰਨੀ ਹੁੰਦੀ ਹੈ? ਬੇਟੇ ਜਿਹੜਾ ਸਮਤਲ ਦਰਪਣ ਹੁੰਦਾ ਹੈ ਇਹਦੀ ਜਿਹੜੀ ਫੋਕਸ ਦੂਰੀ ਹੈ ਉਹ ਅਨੰਤ ਹੁੰਦੀ ਹੈ, ਤੇ ਆਪਣਾ ਚੌਥਾ ਆਂਸਰ ਆ ਜਾਏਗਾ ਸਹੀ। ਅਨੰਤ ਨੂੰ ਇਸ ਤਰ੍ਹਾਂ ਵੀ ਲਿਖਿਆ ਜਾਂਦਾ ਹੈ, ਇਹ ਸਿੰਬਲ ਹੈ ਅਨੰਤ ਦਾ। 15ਵਾਂ ਪ੍ਰਸ਼ਨ, ਮਨੁੱਖੀ ਅੱਖ ਵਿੱਚ ਕਿਹੜਾ ਲੈਂਸ ਹੁੰਦਾ ਹੈ? ਜਿਹੜੀ ਮਨੁੱਖੀ ਅੱਖ ਹੈ ਉਹਦੇ ਵਿੱਚ ਦੋ ਪਾਸੀ ਉੱਤਲ ਲੈਂਸ ਹੁੰਦਾ ਹੈ, ਤੇ ਆਪਾਂ ਇਹਨੂੰ ਉੱਤਲ ਕਲਾ ਵੀ ਕਹਿ ਸਕਦੇ ਹਾਂ, ਉੱਤਲ ਲੈਂਸ। ਇਹ ਸੀ ਬੇਟੇ ਆਪਣੇ ਅੱਜ ਦੇ 15 ਕੁਐਸਚਨ।